ਉਹਦਾ ਤਿੰਨ ਹੈਗਾ ਮੈਂ ਪਿੰਡ ਵੀ ਜਾਣਾ ਦੱਸ ਉਹਨੇ ਸਾਰੇ ਮੰਗਣੇ ਮੈਂ ਭਾਈ ਦਾ ਭਾਈ ਚੱਟ ਪੋਲਾ ਦਾ ਭਾਈ ਨੇ ਕਹੇ ਭਾਈ ਇਹਦੇ ਲੈ ਗਿਆ ਭਾਈ ਨੇ ਲੈ ਬੜਾ ਯਾਰ ਤੂੰ ਹਲੋ ਸੁਚਾਨ ਕਰ ਦੇ ਕਹਦੇ ਇੱਕ ਕੁਇੰਟਲ ਤੇ ਅਜੇ 20 ਕਿਲੋ ਹੈ ਤੇ ਕੱਲ ਕਹਿੰਦੇ 3 ਕੁਇੰਟਲ ਤੱਕ ਪੁੱਜੇਗੀ ਤੇ ਫੁੱਲ ਸਕੈਡ ਲੱਗੇਗੀ। ਨਾਲ ਮੇਰੀ ਬੇਨਤੀ ਹੈ ਸੰਗਤ ਨੂੰ ਕਿ ਤਾੜੀ ਹੈ ਜਿਹੜੀ ਜ਼ਰੂਰ ਮਾਰ ਦਿਆ ਕਰੋ ਇਹਨਾਂ ਪਲੇਅਰਾਂ ਦੇ ਨਾਮ ਦੇ ਉੱਪਰ, ਤਾੜੀ ਹੈ ਜਿਹੜੀ ਜ਼ਰੂਰ ਮਾਰ ਦਿਆ ਕਰੋ। ਲਓ ਤ੍ਰਿਪਤਪਾਲ ਸਿੰਘ ਸੋਢੀ ਐਨ ਕਹਿੰਦੇ ਜ਼ਿਲ੍ਹਾ ਤਰਨ ਤਾਰਨ ਦਾ ਨਾਮ ਹੈ ਜਿਹੜਾ ਪੂਰੀ ਦੁਨੀਆ ਭਰ ਦੇ ਵਿੱਚ ਐਨ ਕਹਿੰਦੇ ਵਰਲਡ ਦੇ ਵਿੱਚ ਉੱਚਾ ਕਰਨ ਵਾਲਾ। ਅੱਜ ਹਰਜੀਤ ਦੇ ਪਿਆਰ ਭਰੇ ਸੱਦੇ ਦੇ ਉੱਪਰ ਆ ਕਿਹੜਾ ਨੌਜਵਾਨ ਹੈ ਜਿਹੜਾ ਸਕੈਂਡ ਲਾ ਰਿਹਾ, ਮੈਨੂੰ ਨਾਮ ਦੱਸ ਦਿਆ ਕਰੋ ਜੀ। ਦੀਪੂ ਦੀਪੂ ਕਾਂਬਲਪੁਰਾ ਕਿੰਨੀ ਲਾਈ ਹੈ ਜੀ? 1 ਕੁਇੰਟਲ ਤੇ 20 ਕਿਲੋ। ਦੀਪੂ ਤੁਹਾਡੇ ਆਪਣੇ ਨਗਰ ਦਾ ਤਾੜੀ ਜ਼ੋਰਦਾਰ ਮਾਰ ਦਿਓ। ਇਹ ਹਰਜੀਤ ਵੀਰ ਦਾ ਨੌਜਵਾਨ ਪੱਠਾ ਹੈ। ਲਓ ਕਹਿੰਦੇ ਹਰਜੀਤ ਵੀਰ ਦੇ ਕੋਲ ਇਸੇ ਜਿਮ ਦੇ ਵਿੱਚ ਟ੍ਰੇਨਿੰਗ ਲੈਂਦਾ ਦੀਪੂ ਨੌਜਵਾਨ। ਲਓ ਹੁਣ ਆ ਜਿਹੜਾ ਨੌਜਵਾਨ ਸਕੈਟ ਲਾਉਣ ਲੱਗਾ ਹੈ ਕਹਿੰਦੇ ਵੀ ਕਰਨ ਕਾਮਲਪੁਰ ਦੀ ਧਰਤੀ ਦਾ। ਲਓ ਹਰਜੀਤ ਵੀਰ ਦੀ ਵੀ ਮਾਣ ਵਾਲੀ ਗੱਲ ਹੈ ਕਿ ਚੰਗੀਆਂ ਸੋਚ ਵਿਚਾਰਾਂ ਨਾਲ ਮਿਲਦੀਆਂ ਵਿੱਚ ਵਿਚਾਰ ਤਿੱਲੇ ਦੀ ਜੁੱਤੀ ਵਿੱਚ ਤਰ ਮੋਚੀ ਮੇਖਾਂ ਲਾਹੀ ਜਾਂਦੇ ਨੇ। ਚੰਗੇ ਕੋਚ ਸਿਆਣੇ ਮਾਪੇ ਜਿਉਣ ਦਾ ਢੰਗ ਸਿਖਾਈ ਜਾਂਦੇ ਨੇ ਤੇ ਚੰਗੇ ਕੋਚ ਸਿਆਣੇ ਮਾਪੇ ਜਿਉਣ ਦਾ ਢੰਗ ਸਿਖਾਈ ਜਾਂਦੇ ਨੇ। ਸੁਖਚੈਨ ਹਰੜ ਸੁਖ ਚੈਨ ਹਰੜ 1 ਕੁਇੰਟਲ ਦੇ 20 ਕਿਲੋ ਤਾੜੀ ਜ਼ੋਰਦਾਰ। ਜਿੰਨੀ ਕਲਾਕਾਰਾਂ ਦੇ ਉੱਪਰ ਮਾਰੀ ਉਨੀ ਪਲੇਅਰਾਂ ਦੇ ਉੱਪਰ ਵੀ ਮਾਰ ਦਿਓ। ਕਹਿੰਦੇ ਕਨੈਕਟਰ ਦੇ ਲਈ ਸਵਾਰੀ ਜ਼ਰੂਰੀ ਹੈ, ਸਰਦਾਰ ਦੇ ਲਈ ਤਾੜੀ ਜ਼ਰੂਰੀ ਹੈ, ਬੰਗਾਲਣ ਦੇ ਲਈ ਸਾੜੀ ਜ਼ਰੂਰੀ ਹੈ ਤੇ ਪਲੇਅਰਾਂ ਦੇ ਲਈ ਵੀ ਤਾੜੀ ਜ਼ਰੂਰੀ ਹੈ। ਐਨ ਇੱਕ ਵਾਰੀ ਜ਼ੋਰਦਾਰ ਠੋਕ ਦਿਓ ਇਹਨਾਂ ਨੌਜਵਾਨਾਂ ਦੇ ਉੱਪਰ। ਤਾੜੀ ਹੈ ਜਿਹੜੀ ਹੌਸਲਾ ਅਫਜਾਈ ਦਾ ਕੰਮ ਕਰਦੀ ਹੈ। ਲਓ ਤ੍ਰਿਪਤਪਾਲ ਸਿੰਘ ਸੋਢੀ 1 ਕੁਇੰਟਲ ਤੇ 70 ਕਿਲੋ ਵਜਨ ਹੈ ਜਿਹੜਾ ਹੁਣ ਪਵੇਗਾ। 1 ਕੁਇੰਟਲ ਤੇ 70 ਕਿਲੋ ਵਜਨ ਦੀ ਫੁੱਲ ਸਕੈਂਡ ਲਗਾ ਕੇ ਦਿਖਾਵੇਗਾ। ਇਹਦੀ ਕੋਈ ਖਾਲਾ ਜੀ ਦਾ ਵਾਲਾ ਨਹੀਂ ਹੈ। ਐਨ ਕਹਿੰਦੇ ਮਿਹਨਤ ਕੀਤੀ ਹੋਈ ਹੈ ਕਿ ਸਾਨੂੰ ਅੱਡੀਆਂ ਚੁੱਕ ਤੱਕ ਦੇਖਦਾ ਸਾਡੇ ਟੌਲਿਆਂ ਦੇ ਵਿੱਚ ਜਾਣ ਹਿੱਕਾਂ ਨੇ ਵਾਂਗੇ ਆਕਾਸ਼ ਦੇ ਘੁੰਮੇ ਪੱਟਾਂ ਵਿੱਚ ਤੂਫਾਨ ਨਸ ਨਸ ਦੌੜੇ ਨੂੰ ਬਿਜਲੀਆਂ ਅੱਖਾਂ ਵਿੱਚ ਤੀਰ ਕਮਾਨ ਕਿ ਹੱਥ ਜਿਹੜੇ ਕੰਮ ਨੂੰ ਪਾਲੀਏ ਉਹਦੇ ਬਣ ਜਾਈਏ ਸੁਲਤਾਨ। ਲਓ 1 ਕੁਇੰਟਲ ਤੇ 70 ਕਿਲੋ ਤੇ ਤਾੜੀ ਵੀ ਉਨੀ ਵੱਡੀ ਵਜਣੀ ਚਾਹੀਦੀ ਹੈ। ਤਾੜੀ ਵੀ ਕਹਿੰਦੇ ਉਨੀ ਵੱਡੀ ਵਜਣੀ ਚਾਹੀਦੀ ਹੈ ਕਿਉਂਕਿ ਅੱਧਾ ਹੌਸਲਾ ਤੁਹਾਡੀ ਤਾੜੀ ਵਧਾਉਂਦੀ ਹੈ ਪਲੇਅਰ ਦਾ। ਬਾਬਾ ਰਾਮਦੇਵ ਕਹਿੰਦਾ ਕਿ ਸਰੀਰ ਦੇ ਜਿਹੜੇ ਪੁਆਇੰਟ ਹੈ ਨਾ, ਸਰੀਰ ਦੇ ਜਿਹੜੇ ਕੁਝ ਭਾਗ ਹੈ ਹੱਥਾਂ ਦੀ ਉਂਗਲਾਂ ਦੇ ਵਿੱਚ ਤਾੜੀ ਮਾਰਨ ਦੇ ਨਾਲ ਬੰਦਾ ਕਹਿੰਦੇ ਬਿਮਾਰ ਨਹੀਂ ਹੁੰਦਾ। ਲਓ 1 ਕੁਇੰਟਲ ਤੇ 70 ਕਿਲੋ ਦੀ ਸਕੈਟ ਹੈ ਜਿਹੜੀ ਲੱਗ ਚੁੱਕੀ ਹੈ। ਪਹਿਲਵਾਨਾਂ ਨੂੰ ਮੇਰੀ ਬੇਨਤੀ ਹੈ, ਪਹਿਲਵਾਨ ਵੀ ਤਿਆਰ ਹੋ ਗਏ ਦੇ ਅਖਾੜੇ ਦੇ ਲਾਗੇ ਪੁੱਜਣਗੇ, ਗਰਾਊਂਡ ਦੇ ਲਾਗੇ ਪੁੱਜਣਗੇ। 15 ਕੁ ਮਿੰਟ ਦੀ ਗੇਮ ਬਾਕੀ ਹੈ ਜੀ। ਸੁਖਚੈਨ ਹਰੜ ਸੁਖਚੈਨ ਹਰੜ ਵੀ ਜੀ ਹੈਲਪ ਦੇ ਕੇ ਪਿੱਛੇ ਹੋ ਜਾ ਕਰੋ ਕਿਉਂਕਿ ਸੰਗਤ ਨੂੰ ਵੀ ਪਤਾ ਲੱਗ ਸਕੇ। ਸੁਖਚੈਨ ਹਰੜ 80 ਕਿਲੋ ਬਾਡੀ ਵੇਟ ਹੈ ਤੇ ਵਜਨ ਹੈ ਜਿਹੜਾ ਮੋਢਿਆਂ ਦੇ ਉੱਪਰ 1 ਕੁਇੰਟਲ ਤੇ 70 ਕਿਲੋ। ਥੋੜਾ ਸਮਾਂ ਹੋਇਆ, 4 ਕੁ ਮਹੀਨੇ ਹੋਏ ਹਰਜੀਤ ਵੀਰ ਜੀ। ਇਸ ਨੌਜਵਾਨ ਨੂੰ ਦੇਖ ਲਓ ਕਿੰਨੀ ਵਧੀਆ ਤਿਆਰੀ ਹੈ, ਜ਼ੋਰਦਾਰ ਤਾੜੀ ਮਾਰ ਦਿਓ ਸੁਖਚੈਨ ਹਰੜ ਦੇ ਲਈ। 4 ਕੁ ਮਹੀਨੇ ਦੇ ਵਿੱਚ ਇੰਨੀ ਵਧੀਆ ਤਿਆਰੀ ਕੀਤੀ ਹੈ ਮੁੰਡੇ ਨੇ। 80 ਕਿਲੋ ਬਾਡੀ ਵੇਟ ਦੇ 1 ਕੁਇੰਟਲ 70 ਕਿਲੋ। ਦੀਪਕ ਕਾਂਬਲਪੁਰਾ ਇਸ ਨੌਜਵਾਨ ਦਾ ਬਾਡੀ ਵੇਟ ਹੈ ਜਿਹੜਾ
60 ਕਿਲੋ ਹੈ ਤੇ ਜਿਹੜਾ ਮੋਢਿਆਂ ਦੇ ਉੱਪਰ ਵਜਨ ਚੁੱਕ ਕੇ ਸਕੈਂਡ ਲਗਾਵੇਗਾ ਪੈਡ ਕੇ ਲਗਾਵੇਗਾ 1 ਕੁਇੰਟਲ ਤੇ 70 ਕਿਲੋ ਦੀ ਹੈ ਇਹ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਕੋਈ ਸੁਖਾਲੀ ਗੱਲ ਨਹੀਂ ਹੈ ਕਿ ਜਿਹੜੇ ਦੁੱਧ ਤੋਂ ਮਲਾਈਆਂ ਰਹਿਣ ਚੜਦੇ ਕਰਕੇ ਗੇਮਾਂ ਨੇ ਉਹ ਵਾਹ ਵਾਹ ਖੱਟਦੇ ਜਿਹੜੇ ਵੀਰ ਸੌਣ ਦੇ ਅੱਗੇ ਕਿਰਪਾ ਕਰਕੇ ਸਾਈਡ ਨੂੰ ਈਐਸਆਈ ਸਰਦਾਰ ਜਤਿੰਦਰ ਸਿੰਘ ਜੀ ਦੇ ਮਾਮਾ ਜੀ ਦੀਪੂ ਦੇ ਲਈ 100 ਰੁਪਇਆ ਪੁੱਜਿਆ ਹਰਜੀਤ ਭਾਜੀ ਦੀਪੂ ਦੇ ਲਈ 100 ਰੁਪਇਆ ਪੁੱਜਿਆ ਜੀ ਵੀਰ ਜੀ ਜਿਹੜੇ ਸਟੇਜ ਦੇ ਕੇ ਪਲੀਜ਼ ਕਿਰਪਾ ਕਰਕੇ ਸਾਈਡ ਨੂੰ ਹਾਜ਼ਰ ਕਰਨ ਕਰਨ ਕਾਮਲਪੁਰਾ 1 ਕੁਇੰਟਲ ਤੇ 70 ਕਿਲੋ ਦੀ ਇਸ ਨੌਜਵਾਨ ਨੇ ਵੀ ਸਕੈਡ ਲਗਾ ਕੇ ਦਿਖਾਈ 1 ਕੁਇੰਟਲ ਤੇ 70 ਕਿਲੋ ਦੀ ਫੁੱਲ ਬੈਡਗ ਲਗਾ ਕੇ ਦਿਖਾਈ ਹੈ ਵੀਰ ਜੀ ਫਿਰ ਪਿੱਛੋਂ ਬੇਨਤੀ ਆ ਰਹੀ ਹੈ ਵੀ ਸਾਨੂੰ ਕੁਝ ਦਿਖਾਈ ਨਹੀਂ ਦਿੰਦਾ ਵੀਰ ਸਿੰਘ ਜੀ ਫੌਜੀ ਕਰਨ ਦੇ ਲਈ 100 ਰੁਪਏ ਦੇ ਮਾਣ ਪੁੱਜਿਆ ਜੀ ਹਰਜੀਤ ਵੀਰ ਜੀ ਫਲੋ ਸਰਦਾਰ ਭੀਰ ਸਿੰਘ ਜੀ ਫੌਜੀ ਸਾਹਿਬ ਕਰਨ ਦੇ ਲਈ 100 ਦੇ ਮਾਣ